ਸਾਥੀਓ ਪੰਜਾਬ ਦੇ ਵਿੱਚ ਜੋ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਇਸ ਮਹਾਮਾਰੀ ਨੂੰ ਰੋਕਣ ਲਈ ਇੱਕ ਦਿਨ ਬੀ ਚੁੱਕਾ ਹੈ ਪੰਜਾਬ ਸਰਕਾਰ ਨੇ ਅੱਜ ਕੁਝ ਨਵੇਂ ਐਲਾਨ ਕੀਤੇ ਐ ਤੇ ਨਾਲ ਹੀ ਪੰਜਾਬ ਦੇ ਵਸਨੀਕਾਂ ਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਵੀ ਕੀਤੀ ਗਈ ਹੈ ਇਸ ਸਬੰਧੀ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਦੇ ਹਾਂ ਕੁਲਦੀਪ ਸਿੰਘ ਛੇੜਗਲ ਮਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਚੀਜ਼ ਸਪਸ਼ਟ ਕਰ ਦਿੱਤੀ ਹੈ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਲੋਕ ਨਹੀਂ ਸਮਝਣਗੇ ਤਾਂ ਫੇਰ ਕੰਪਲੀਟ ਲਾਕਡਾਊਨ ਲਾ ਦਿੱਤਾ ਜਾਊਗਾ ਉਹਨਾਂ ਨੇ ਕਿਹਾ ਕਿ ਮੈਂ ਇਸ ਪੱਖ ਦੇ ਵਿੱਚ ਨਹੀਂ ਹੈਗਾ ਕਿ ਕੰਪਲੀਟ ਲਾਕਡਾਊਨ ਲਾਇਆ ਜਾਵੇ ਕਿਉਂਕਿ ਕੰਪਲੀਟ ਲਾਕਡਾਊਨ ਲੱਗਣ ਤੇ ਫੈਕਟਰੀਆਂ ਬੰਦ ਹੋ ਜਾਣੀਆਂ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਦਿੱਕਤਾਂ ਆਉਣੀਆਂ ਕਈ ਆਪਣੇ ਵਾਪਸ ਯੂਪੀ ਬਿਹਾਰ ਨੂੰ ਭੱਜਣਗੇ ਤੇ ਉਹ ਸਥਿਤੀ ਦੇ ਵਿੱਚ ਹਾਲਾਤ ਜਿਹੜੇ ਹੈਗੇ ਆ ਹੋਰ ਵੀ ਮਾੜੇ ਹੋਣਗੇ ਜੇ ਸ਼ਕਤੀ ਦੇ ਨਾਲ ਲਾਕਡਾਊਨ ਲਗਾ ਦਿੱਤਾ ਗਿਆ ਤਾਂ ਗਰੀਬਤਾ ਜਿਹੜਾ ਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਇਸ ਲਈ ਉਹਨਾਂ ਨੇ ਕਿਹਾ ਕਿ ਜੋ ਵੀ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੀ ਪਾਲਣਾ ਸ਼ਕਤੀ ਨਾਲ ਕੀਤੀ ਜਾਵੇ ਜੇ ਹਾਲਾਤ ਨਹੀਂ ਸੁਧਰਨਗੇ ਤਾਂ ਇਸ ਤੋਂ ਸਖਤ ਕਦਮ ਚੁੱਕੇ ਜਾਣਗੇ ਇਸ ਸਮੇਂ ਕਿਸਾਨਾਂ ਦੇ ਪੱਖ ਦੀ ਜਿਹੜੀ ਗੱਲ ਹੈ ਉਹ ਇਹ ਹੈਗੀ ਹੈ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖਾਦ ਦੀਆਂ ਦੁਕਾਨਾਂ ਹੈਗੀਆਂ ਉਹਨਾਂ ਨੂੰ ਖੋਲਣ ਦੀ ਪਰਮਿਸ਼ਨ ਦੇਤੀ ਹੈ ਠੀਕ ਹੈ ਜੀ ਖਾਦ ਦੀਆਂ ਦੁਕਾਨਾਂ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ ਪੰਜਾਬ ਸਰਕਾਰ ਨੇ ਇਹ ਸਾਫ਼ ਤੇ ਸਪਸ਼ਟ ਲਿਖਿਆ ਹੈ ਤੇ ਇਹ ਮੈਂ ਗੱਲ ਕਰ ਰਿਹਾ ਹਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਸਹਾਇਤਾ ਦੇ ਨਾਲ ਤੇ ਇੱਕ ਚੇਂਜ ਹੋਰ ਕੀਤੀ ਹੈ ਉਹ ਚੇਂਜ ਇਹ ਕੀਤੀ ਹੈ ਕਿ ਜਿਹੜੇ ਰੈਸਟੋਰੈਂਟ ਦੇ ਉੱਪਰ ਜਾਂ ਫਾਸਟ ਫੂਡ ਕੋਰਨਰ ਦੇ ਉੱਪਰ ਅੱਗੇ ਟੇਕ ਅਵੇ ਫੈਸਿਲਿਟੀ ਸੀਗੀ ਪੰਜਾਬ ਸਰਕਾਰ ਦੇ ਮੰਨਣਾ ਹੈ ਕਿ ਨੌਜਵਾਨ ਘਰੋਂ ਬਾਹਰ ਆਊਟਿੰਗ ਲਈ ਨਿਕਲਦੇ ਹੈ ਤੇ ਫਾਸਟ ਫੂਡ ਦੀ ਦੁਕਾਨ ਤੇ ਜਾਂ ਕੋਰਨਰ ਤੇ ਉੱਥੋਂ ਖਾਣਾ ਲੈਂਦੇ ਹੈ ਤੇ ਬਾਹਰ ਨਿਕਲ ਕੇ ਖਾਂਦੇ ਹੈ ਉਹ ਆਪਣੇ ਘਰਾਂ ਦੇ ਵਿੱਚ ਬੰਦ ਰਹਿਣ ਇਸ ਕਰਕੇ ਜਿਹੜੀ ਟੇਕ ਅਵੇ ਫੈਸਿਲਿਟੀ ਸੀਗੀ ਰੈਸਟੋਰੈਂਟਸ ਦੇ ਵਿੱਚ ਉਹ ਬੰਦ ਕਰ ਦਿੱਤੀ ਗਈ ਹੈ ਕੇਵਲ ਤੇ ਕੇਵਲ ਹੋਮ ਡਿਲੀਵਰੀ ਹੋਊਗੀ ਜਿਹਨੇ ਘਰੇ ਬੈਠ ਕੇ ਖਾਣਾ ਮੰਗਾਉਣਾ ਉਹ ਹੋਮ ਡਿਲੀਵਰੀ ਆਪਣੀ ਕਰਵਾ ਸਕਦਾ ਠੀਕ ਹੈ ਜੀ ਤੇ ਕੁਝ ਤੱਥ ਤੁਸੀਂ ਇਹ ਦੇਖ ਲਓ ਜੋ ਪੰਜਾਬ ਸਰਕਾਰ ਨੇ ਕਹੇ ਹੈ ਪੰਜਾਬ ਸਰਕਾਰ ਨੇ ਇੱਕ ਤੇ ਇਹ ਕਿਹਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਹੈ ਉਹਦੇ ਜਿਹੜੇ ਸੀਐਸਆਰ ਫੰਡ ਹੈ ਉਹਨਾਂ ਨੂੰ ਉਹ ਵਰਤ ਸਕਦੀ ਹੈ ਆਪਣੇ ਮਜ਼ਦੂਰਾਂ ਦੇ ਵੈਕਸੀਨੇਸ਼ਨ ਆਸਤੇ ਤੇ ਆਪਣੇ ਮਜ਼ਦੂਰਾਂ ਦੀ ਟ੍ਰੀਟਮੈਂਟ ਆਸਤੇ ਤਾਂ ਕਿ ਉਹ ਜਿਹੜੇ ਮਜ਼ਦੂਰ ਹੈਗੇ ਆ ਕੋਈ ਬਿਮਾਰ ਹੈ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਉਹ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਤੇ ਨਾਲ ਹੀ ਹਸਪੀਟਲ ਦੇ ਉੱਪਰ ਪ੍ਰੈਸ਼ਰ ਘਟਾਇਆ ਜਾ ਸਕੇ ਇੱਕ ਚੀਜ਼ ਬੜੀ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਜਿਸ ਸਟੇਟ ਦੇ ਵਿੱਚ 10% ਤੋਂ ਉੱਪਰ ਪੋਜ਼ਿਟਿਵਿਟੀ ਰੇਟ ਆ ਜਾਵੇ ਉਸ ਦੇ ਵਿੱਚ ਲੋਕਡਾਊਨ ਲਾਉਂਦੀਆਂ ਕੇਂਦਰ ਸਰਕਾਰ ਨੇ ਹਦਾਇਤਾਂ ਕੁਝ ਦਿਨ ਪਹਿਲਾਂ ਜਾਰੀ ਕੀਤੀਆਂ ਸੀ ਪੰਜਾਬ ਦੇ ਵਿੱਚ ਇਹ ਇਹ ਕਿਹਾ ਜਾ ਰਿਹਾ ਹੈ ਕਿ 12% ਇਹ ਸਾਫ ਤੇ ਸਪਸ਼ਟ ਹੈ ਹੈਲਥ ਸੈਕਟਰੀ ਹੁਸਨ ਲਾਲ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸੰਡੇ ਨੂੰ ਪੋਜ਼ਿਟਿਵਿਟੀ ਰੇਟ ਜਿਹੜੀ ਹੈਗੀ ਉਹ 12% ਹੋ ਗਈ ਹੈ ਜਿਹਦੇ ਵਿੱਚ ਕਿ ਜਿਹੜਾ ਮਾਲਵਾਰੀਜਨ ਹੈਗਾ ਇੱਥੇ ਕੇਸ ਜਿਹੜੇ ਹੈਗੇ ਆ ਪਿਛਲੇ 7 ਤੋਂ 10 ਦਿਨ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕੇ ਆ ਜਿਹੜੇ L3 ਬੈੱਡ ਹੈ ਉਹ 90% ਮਾਲਵਾਰੀਜਨ ਦੇ ਵਿੱਚ ਭਰ ਚੁੱਕੇ ਆ ਤੇ ਕਈ ਜਗ੍ਹਾ ਤੇ 100% ਬੈੱਡ ਭਰ ਚੁੱਕੇ ਆ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਪੋਜ਼ਿਟਿਵਿਟੀ ਤੇ ਦਾ ਸਪਰੈਡ ਜਿਹੜਾ ਹੈਗਾ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਨਾਲ ਹੀ ਜਿਹੜਾ ਹੈਗਾ ਦੋ ਖਾਲੀ ਗੱਲ ਤੇ ਚਿੰਤਾ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚੋਂ 17% ਮੌਤਾਂ ਦੇ ਵਿੱਚ ਜਿਹੜਾ ਕਾਫੀ ਕੰਪਲੈਕਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਾਈਆਂ ਜਾ ਰਹੀਆਂ ਇਹ ਮੈਡੀਕਲ ਟਰਮ ਹੈ ਕੋਮੋਰਬਿਡ ਇਹਨੂੰ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰ ਸਕਾਂਗਾ ਤੇ ਜਿਹੜੀਆਂ ਘਰਾਂ ਦੇ ਵਿੱਚ ਲੋਕ ਆਈਸੋਲੇਟ ਹੋਏ ਆ ਉਹ 2% ਡੈਥ ਰੇਟ ਹੋ ਗਿਆ ਉਹਨਾਂ ਦਾ ਤਾਂ ਇਹ ਵੀ ਇੱਕ ਜਿਹੜਾ ਹੈਗਾ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਸਰਕਾਰ ਨੇ ਕੁਝ ਆਪਣੀਆਂ ਤਿਆਰੀਆਂ ਦੇ ਬਾਰੇ ਕਿਹਾ ਦੱਸਿਆ ਹੈਗਾ ਲੇਕਿਨ ਇਹ ਬਹੁਤ ਘੱਟ ਹੈ ਤੁਸੀਂ ਖੁਦ ਦੇਖ ਲਵੋ ਤੇ ਇਹ ਦੇਖਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਘੱਟੋ ਘੱਟ ਇਸ ਚੀਜ਼ ਦਾ ਅੰਦਾਜ਼ਾ ਹੋ ਜਾਏਗਾ ਕਿ ਜੇ ਬਿਮਾਰ ਹੋ ਗਏ ਤਾਂ ਸਾਡੇ ਹਾਲਾਤ ਕੀ ਹੋਣਗੇ ਮੈਡੀਕਲ ਐਜੂਕੇਸ਼ਨ ਸੈਕਟਰੀ ਡੀਕੇ ਤਵਾਰੀ ਜੀ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ April ਦੇ ਪਹਿਲੇ ਹਫਤੇ ਦੇ ਵਿੱਚ ICU ਬੈੱਡ 343 ਸੀਗੇ ਜਿਹੜੇ ਅਸੀਂ ਹੁਣ ਵਢਾ ਕੇ 770 ਕਰਤੇ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਫਤੇ ਦੇ ਅਖੀਰ ਤੱਕ ਅਸੀਂ ਇਹਨਾਂ ਨੂੰ 900 ਕਰ ਦਿਆਂਗੇ ਆਈਸੋਬੈਡ ਕੇਵਲ 900 ਤੇ ਟੋਟਲ ਆਕਸੀਜਨ ਜਿਹੜੇ ਬੈੱਡ ਹੈਗੇ ਐ ਉਹਨਾਂ ਨੂੰ ਅਸੀਂ 1500 ਤੋਂ 1800 ਕਰ ਦਿਆਂਗੇ ਇਸ ਹਫਤੇ ਦੇ ਅਖੀਰ ਤੱਕ ਤੇ ਇਸ ਤੋਂ ਬਾਅਦ ਵੀ ਇਹਨਾਂ ਨੂੰ ਵਧਾ ਕੇ 2000 ਕਰ ਦਿੱਤਾ ਜਾਊਗਾ ਤੇ ਨਾਲ ਹੀ ਜਿਹੜੇ ਲਾਸਟ ਈਅਰ ਦੇ ਐਮਬੀਬੀਐਸ ਦੇ ਸਟੂਡੈਂਟ ਐ ਡਾਕਟਰ ਐ 700 ਡਾਕਟਰ ਐਮਬੀਬੀਐਸ ਫਾਈਨਲイヤー ਦੇ 90 ਬੀਡੀਐਸ ਡਾਕਟਰ 70 ਸੀਨੀਅਰ ਰੈਜ਼ੀਡੈਂਟ ਡਾਕਟਰ ਤੇ ਨਾਲ ਜਿਹੜੀਆਂ ਹੈਗੀਆਂ 86 ਨਰਸਸ ਇਹ ਜਿਹੜੇ ਹੈਗੇ ਆ ਬਹੁਤ ਜਲਦੀ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਜੁਆਇਨ ਕਰਨਗੇ 473 ਨਵੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਇਹਦੇ ਨਾਲ ਹੋਰ ਆਡਸ ਜਿਹੜੇ ਹੈਗੇ ਆ ਤੁਹਾਨੂੰ ਪਰੇਸ਼ਾਨ ਕਰਨਗੇ ਕਿ ਪੰਜਾਬ ਦੇ ਹਾਲਾਤ ਕੀ ਹੋ ਗਏ ਆ ਪੰਜਾਬ ਸਰਕਾਰ ਨੇ ਇਹ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਮਾਡਲ ਦੱਸ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀਕ ਆਉਣ ਵਾਲੀ ਹੈ ਤਾਂ ਕਿ ਬਹੁਤ ਜ਼ਿਆਦਾ ਮਰੀਜ਼ ਵਧਣਗੇ ਤਾਂ ਇਹਦੇ ਲਈ ਅਸੀਂ ਆਪਣਾ ਜਿਹੜਾ ਹੈਗਾ ਬੈੱਡ ਕੈਪੈਸਿਟੀ ਹਸਪਤਲ ਦੀ ਹੈ ਅਗਲੇ 10 ਦਿਨਾਂ ਦੇ ਵਿੱਚ 20% ਵਧਾਉਣ ਲੱਗੇ ਹਾਂ ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਨੇ ਇੱਕ ਸਾਫ਼ ਤੇ ਸਪਸ਼ਟ ਕਿਹਾ ਹੈ ਕਿ ਜਿੰਨੇ ਵੀ ਤੁਹਾਡੇ ਸਟੇਡੀਅਮ ਹੈ ਜਿਮਨੇਸ਼ੀਆਮ ਹੈ ਜਾਂ ਕੋਈ ਹੋਰ ਇਹੋ ਜਿਹੇ ਪਲੇਸ ਹੈਗੇ ਆ ਠੀਕ ਹੈ ਉਹਨਾਂ ਦੇ ਵਿੱਚ ਟੈਂਟ ਲਗਾਈ ਜਾਣ ਜਿਮ ਦੇ ਜਿਹੜੇ ਹਾਲ ਹੈਗੇ ਆ ਉਹਨਾਂ ਨੂੰ ਹਸਪੀਟਲ ਦੇ ਵਿੱਚ ਕਨਵਰਟ ਕੀਤਾ ਜਾਵੇ L2 ਤੇ L3 ਫੈਸਿਲਿਟੀ ਦੇ ਵਿੱਚ ਤੇ ਇਹ ਸਥਿਤੀ ਜਿਹੜੀ ਹੈਗੀ ਆ ਜਿਸ ਤਰੀਕੇ ਦੇ ਨਾਲ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੋਏਗੀ ਇਹ ਉਹਦੇ ਲਈ ਸਾਨੂੰ ਜਿਹੜਾ ਹੈਗਾ ਜੋ ਇਹਨਾਂ ਇੱਥੇ ਲਿਖਿਆ ਹੈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਤੇ ਜੋ ਵਰਕ ਫੋਰਸ ਦੀ ਜ਼ਰੂਰਤ ਹੈ ਇੱਥੇ ਵਰਕ ਫੋਰਸ ਦੀ ਜ਼ਰੂਰਤ ਹੈ ਇਹ ਕੱਲ੍ਹ ਵਾਲੇ ਆਰਡਰਸ ਦੇ ਵਿੱਚ ਹੀ ਸਪਸ਼ਟ ਹੋ ਗਿਆ ਸੀਗਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੋਵਿਡ ਦੀ ਇਹ ਮੈਨੇਜਮੈਂਟ ਦੇ ਲਈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਦੂਸਰੇ ਵਿਅਕਤੀ ਦੀ ਉਹ ਡਿਊਟੀ ਲਗਾ ਸਕਦੇ ਹੈ ਤਾਂ ਇੱਥੇ ਇਹਨਾਂ ਨੇ ਕਿਹਾ ਕਿ ਜੋ ਵੀ ਸਟਾਫ ਰੂਰ ਡਿਵੈਲਪਮੈਂਟ ਨਾਲ ਸੰਬੰਧਿਤ ਸਟਾਫ ਹੈ ਤੇ ਬਾਕੀ ਡਿਪਾਰਟਮੈਂਟ ਦੇ ਜਿਹੜੇ ਸਟਾਫ ਹੈਗੇ ਹੈ ਉਹਨਾਂ ਨੂੰ ਜਿਹੜਾ ਹੈਗਾ ਕੋਵਿਡ ਦੇ ਕੰਟੈਕਟ ਜਿਹੜੇ ਹੈਗੇ ਆ ਉਹਨਾਂ ਨੂੰ ਤਲਾਸ਼ਣ ਦੇ ਲਈ ਮੰਨ ਲਓ ਕਿ ਇੱਕ ਵਿਅਕਤੀ ਹੈ ਉਹ ਕਿਹਨੂ ਕਿਹਨੂ ਮਿਲਿਆ ਉਸ ਨੂੰ ਤਲਾਸ਼ਣ ਵਾਸਤੇ ਇਹਨਾਂ ਨੂੰ ਲਗਾਇਆ ਜਾਵੇ ਤਾਂ ਕੁੱਲ ਮਿਲਾ ਕੇ ਦੋਸਤੋ ਪੰਜਾਬ ਸਰਕਾਰ ਨੇ ਆਪਦਾ ਜੋ ਇਹਨਾਂ ਦੇ ਕੋਲ ਹੈ ਉਹ ਦੱਸ ਦਿੱਤਾ ਤੇ ਜੋ ਇਹ ਤਿਆਰੀਆਂ ਕਰ ਰਹੀ ਹੈ ਉਹ ਵੀ ਦੱਸਤਾ ਨਾਲ ਇਹਨਾਂ ਦੇ ਇਸ ਬਿਆਨ ਦੇ ਵਿੱਚੋਂ ਇਹ ਵੀ ਸਪਸ਼ਟ ਹੋ ਰਿਹਾ ਕਿ ਆਉਣ ਵਾਲੇ ਦਿਨ ਕਿੰਨੇ ਕੁ ਪੰਜਾਬ ਦੇ ਲਈ ਭਿਆਨਕ ਹੋ ਸਕਦੇ ਆ ਤਾਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਨੂੰ ਇਸ ਸਮੇਂ ਇਹੀ ਕਹਿ ਸਕਦੇ ਐ ਕਿ ਬਈ ਜਾਂ ਤਾਂ ਸੁਧਰ ਜੋ ਤੇ ਨਹੀਂ ਤਾਂ ਫੇਰ ਕੰਪਲੀਟ ਲੋਕਡਾਊਨ ਦੇ ਲਈ ਤਿਆਰ ਰਹੋ ਤਾਂ ਜੋ ਕੰਪਲੀਟ ਲੋਕਡਾਊਨ ਜੇਕਰ ਹੋਏਗਾ ਸ਼ਕਤੀ ਦੇ ਨਾਲ ਲੋਕਡਾਊਨ ਹੋਏਗਾ ਤਾਂ ਜੋ ਪਿਛਲੇ ਸਾਲ ਦੇ ਹਾਲਾਤ ਬਣੇ ਸੀਗੇ ਉਹ ਹਾਲਾਤ ਬਣਨਗੇ ਤਾਂ ਉਸ ਹਾਲਾਤ ਦੇ ਵਿੱਚ ਇੱਕ ਗਰੀਬ ਜਿਹੜਾ ਕਿਸੇ ਫੈਕਟਰੀ 'ਚ ਕੰਮ ਕਰ ਰਿਹਾ ਐ ਇਹ ਇੱਕ ਮਜ਼ਦੂਰ ਜਿਹੜਾ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਇੱਕ ਵਿਅਕਤੀ ਜਿਹੜਾ ਰੇੜੀ ਲਾ ਰਿਹਾ ਉਹਨਾਂ ਸਭ ਦੇ ਜਿਹੜਾ ਹੈਗਾ ਰੋਜੀ ਰੋਟੀ ਦੇ ਉੱਤੇ ਲੱਤ ਵੱਜੇਗੀ ਤਾਂ ਪੰਜਾਬ ਸਰਕਾਰ ਇਹ ਨਹੀਂ ਚਾਹ ਰਹੀ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰੇ ਯਾਨੀ ਜਿਹੜਾ ਹੁਕਮਾਂ ਦੀ ਪਾਲਣਾ ਕਰੋ ਤੇ ਆਪਣੇ ਘਰਾਂ ਦੇ ਵਿੱਚ ਰਹੋ ਬਿਨਾਂ ਕੰਮ ਤੋਂ ਕਰੋ ਬਾਹਰ ਨਾ ਨਿਕਲੋ ਜੇ ਬਾਹਰ ਨਿਕਲਣਾ ਪੈਂਦਾ ਤਾਂ ਮਾਸਕ ਪਾਓ ਮਾਸਕ ਵੀ ਸਿੰਗਲ ਵਾਲਾ ਨਹੀਂ ਹੁਣ ਡਬਲ ਵਾਲਾ ਮਾਸਕ ਹੋ ਗਿਆ ਹੈ ਦੋ ਮਾਸਕ ਉਹ ਵੀ ਡਬਲ ਲੇਅਰ ਵਾਲੇ ਮਾਸਕ ਪਾਣ ਕੇ ਘਰੋਂ ਬਾਹਰ ਨਿਕਲੋ ਤੇ ਇਸ ਦੇ ਨਾਲ ਨਾਲ ਬਾਰ ਬਾਰ ਆਪਣੇ ਹੱਥਾਂ ਨੂੰ ਧੋਵੋ ਗੰਦੇ ਹੱਥ ਅੱਖ ਨੱਕ ਮੂੰਹ ਨੂੰ ਕਦੇ ਨਾ ਲਾਓ ਜੇ ਸੁਰੱਖਿਅਤ ਰਹੇ ਜੇ ਬਚੇ ਰਹੇ ਤਾਂ ਬਾਅਦ ਦੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਕਿਸ ਤਰੀਕੇ ਦਾ ਹੁੰਦਾ ਇਹ ਟਾਈਮ ਹੈ ਆਪਣੀ ਜਾਨ ਬਚਾਉਣ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਾਫ਼ ਤੇ ਸਪਸ਼ਟ ਕਰ ਦਿੱਤਾ ਕਿ ਦਿੱਲੀ ਵਾਲੇ ਜਾਂ ਬਾਕੀ ਸਟੇਟ ਵਾਲੇ ਹਾਲਾਤ ਉਹ ਪੰਜਾਬ 'ਚ ਨਹੀਂ ਬਣ ਦੇਣਗੇ ਜਿੱਥੇ ਵਿਅਕਤੀ ਜਿਹੜਾ ਹੈਗਾ ਸੜਕਾਂ ਤੇ ਰੁੱਲ ਰਹੇ ਹੈ ਜਿੱਥੇ ਜਿਹੜਾ ਹੈਗਾ ਲਾਸ਼ਾਂ ਸਾੜਨ ਵਾਸਤੇ ਇੰਨਾ ਨਹੀਂ ਇਸ ਬਿਆਨ ਚ ਨਹੀਂ ਕਿਹਾ ਮੈਂ ਆਪਣੇ ਵਾਲੀਆਂ ਜੋੜ ਰਿਹਾ ਕਿ ਜਿੱਥੇ ਅਸੀਂ ਦੇਖ ਰਹੇ ਹਾਂ ਟੀਵੀ ਦੇ ਵਿੱਚ ਰੋਜ਼ਾਨਾ ਕਿ ਲਾਸ਼ਾਂ ਸਾੜਨਾਸਤੇ ਵੀ ਕਤਾਰਾਂ ਦੇ ਵਿੱਚ ਲੱਗਣਾ ਪੈ ਰਿਹਾ ਉਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਨਾ ਬਣ ਇਸ ਕਰਕੇ ਜੇ ਲੋਕ ਨਹੀਂ ਸਮਝੇ ਤਾਂ ਪੰਜਾਬ ਸਰਕਾਰ ਇਸ ਤੋਂ ਵੱਧ ਸਖਤੀ ਕਰੇਗੀ ਧੰਨਵਾਦ ਦੋਸਤੋ ਮਿਹਰਬਾਨੀ